আসলে বু মেরে দুবার যে ফল পাকানা শুরু কর গে দেয় এ ফল তো চেটে চেটে দেখতে পিও। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ, ਕੀ ਹਾਲ ਜੀ? ਠੀਕ ਹੈ ਵੇ? ਉਮੀਦ ਕਰਨ ਦਾ ਤੁਸੀਂ ਠੀਕ ਠਾਕ ਸੋ, ਖੈਰਤ ਨਾਲ ਸੋ। ਮੈਂ ਹਾਂ ਤੌਸੀਫ ਖਾਨ, ਤੁਸੀਂ ਦੇਖਦੇ ਹੋ ਯੂਟਿਊਬ ਚੈਨਲ ਤੌਸੀਫ-ਖੱਟਾ ਵਲੌਗ। ਅੱਜ ਦਾ ਵਲੌਗ ਕਰਨ ਦੇ ਇੱਥੇ ਹੂੰ ਸਟਾਰਟ, ਅਤੇ ਜਾਏ ਜਾਏ ਹਾਲੇ ਤੱਕ ਮੇਰੇ ਯੂਟਿਊਬ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਜਲਦੀ ਸਬਸਕ੍ਰਾਈਬ ਕਰ ਗਏ ਨੇ ਅਤੇ ਬੈਲ ਆਈਕਨ ਵਾਲ ਤੇ ਕਰ ਗਏ ਨੇ। ਤਕਰੀਬਨ 6 ਦਾ ਟਾਈਮ ਸੀ ਨਾ ਫਿਰ ਸੁਬਹਾ ਦਾ, ਅਤੇ ਮੈਂ ਮੇਰੀ ਜਾਗ ਸਮਝੋ ਮੈਂ ਉੱਠ ਗਿਆ, ਅਤੇ ਹੁਣ ਅੱਜ ਮੈਂ ਥੋੜ੍ਹਾ ਵਕਤੀ ਉੱਠਿਆ, ਮੇਰੇ ਹਿਸਾਬ ਨਾਲ ਮੈਂ ਵਕਤੀ ਉੱਠਿਆ ਕਿਉਂਕਿ ਇੱਕ ਤਾਂ ਕੱਲ੍ਹ ਵਾਲੇ ਕੰਮ ਜਿਹੜੇ ਨੇ ਉਹ ਮੇਰੇ ਕੋਲ ਰਹਿ ਗਿਆ, ਕਿਉਂਕਿ ਰਾਤ ਮੈਂ ਜਿਹੜੇ ਬਾਜ਼ਾਰਾਂ 'ਚ ਆਇਆ ਬਾਜਰੇ ਵਾਲਾ, ਅਤੇ ਜਿਹੜਾ ਹੁਣ ਨਵਾਂ ਬਾਜਰਾ ਨਿਕਲਿਆ, ਹੁਣ ਪਤਾ ਨਹੀਂ ਤੁਸੀਂ ਸਾਡੀ ਠਾਉਸ ਜਾਂ ਨਹੀਂ, ਜਿਹੜੇ ਬਾਜ਼ਾਰਾ ਸਮਝੋ ਗੰਨਿਆਰ ਹੁੰਦਾ, ਅਤੇ ਗੰਨਿਆਰ ਉਹਨੂੰ ਗੁੱਲੀਆਂ ਬਣਾ ਅਤੇ ਪੂਰਾ ਹਮਲਾ ਪਾਉਂਦੀ ਮਿੱਤਰ ਇੱਥੋਂ, ਅਤੇ ਉਹ ਚਾਹ ਟਾਈਮ ਅਤੇ ਉਸ ਤੋਂ ਹੁੰਦੀ ਵਾਲਾ ਰਾਤ ਗੁੱਲੀਆਂ ਬਣਾ ਅਤੇ ਉਹਨੇ ਮਾਂ ਜਿਹੜੀ ਮਸ਼ੀਨ ਹੈ ਆਪਣੀ ਉੱਥੇ ਹੀ ਰੱਖਿਆ ਸੀ, ਅਤੇ ਹੁਣ ਜਨਾਬੇ ਵਾਲਾ ਹੁਣ ਮੈਂ ਮੂੰਹ ਸ਼ੂ ਧੋਤੇ, ਬਲਕਿ ਮੂੰਹ ਸ਼ੂ ਤੜਨੀ ਕਰਨੀ ਪਹਿਲੇ ਮੂੰਹ ਸ਼ੂ ਧੋਤੇ, ਉਹ ਬਜ਼ਾਰੇ ਜਿਹੜਾ ਬਜ਼ਾਰੇ ਕੋਡੀ ਜਿੱਥੇ ਰਹਾਉਣਾ ਉੱਥੇ ਹੀ ਸੁੱਟਣੇ, ਉਹ ਤੋਂ ਬਾਅਦ ਰਾਕਾਂ ਨਾਲ ਇਕੱਠੇ ਦਿੱਤੇ ਉੱਥੇ ਹੀ ਸੁੱਟਣੇ, ਉਹ ਤੋਂ ਬਾਅਦ ਸ਼ਾਇਦ ਬਜ਼ਾਰੇ ਤੋਂ ਪਹਿਲੇ ਪਹਿਲੇ ਮੈਂ ਉਹਨਾਂ ਕੋਟਸਮਾਵੇ ਡੀਜ਼ਲ ਚਾਉਣ, ਕਿਉਂਕਿ ਡੀਜ਼ਲ ਮੇਰੇ ਕੋਈ ਲੱਗਦਾ ਪਏ ਦੁਬਾਰਾ ਬੰਦ ਸੀ ਨਾ ਪਏ, ਅਤੇ ਡੀਜ਼ਲ ਸਾਨੂੰ ਥੋੜ੍ਹਾ ਜਿਹਾ ਜ਼ਰੂਰਤ ਹੈ, ਕਿ ਮੈਨੂੰ 3-4 ਡੰਮੀਆਂ ਜ਼ਰੂਰਤ ਹੈ, ਕਿਉਂਕਿ 4 ਏਕੜ ਮੇਰੇ ਨਾਲ ਇਹ ਪਿੱਛੇ ਜ਼ਮੀਨ ਦੇਖਦੇ ਪਿਓ ਇਹ ਤਿਆਰ ਕਰਨੀ ਹੈ, ਅਤੇ ਵਿਘਾਏ ਬਾਕੀ ਜ਼ਮੀਨ ਤਾਂ ਅਲਹਮਦੁਲਿਲਾ ਸਾਰੀ ਤਿਆਰ ਥੀ ਗਈ ਹੈ, ਪਲੰਡਰ ਵੀ ਤਕਰੀਬਨ 12 ਏਕੜਾਂ ਦਾ ਥੀ ਗਿਆ, 12 ਏਕੜਾਂ ਦਾ ਪਲੰਡਰ ਵੀ ਠੀਕ ਹੈ, ਹੁਣ ਅੱਜ ਸਮਝੋ ਅੱਜ ਮੰਗਲ ਦਾ ਦਿਨ ਹੈ ਅਤੇ ਪਾਣੀ ਦਾ ਵਾਰਾ ਵੀ ਹੈ, ਅਤੇ ਪਾਣੀ ਵੀ ਲੱਗ ਸਿਆ ਅੱਜ, ਅਤੇ ਪਾਣੀ ਤਾਂ ਤਕਰੀਬਨ 10 ਵਜੇ ਹੁਣ ਤੱਕ ਮੈਂ ਵੇਲਾ ਥੀ ਵੈਸਾਂ ਵਾਲਾ ਪਾਣੀ ਦੇ ਨਾਲ ਥੀ ਵੈਸਾਂ, ਕਿਉਂਕਿ ਸਾਡੇ ਦਾ ਕਿੰਨਾ ਵੇ ਹੁਣ ਪਾਣੀ ਦਾ ਕੋਈ ਹਿਸਾਬ ਦਾ ਪਤਾ ਨਹੀਂ ਵੀ ਕਿਤਨਾ ਪਾਣੀ ਲਾਉਣਾ, ਕਿਆ ਕਰਨਾ, ਕਿਹੜੀ ਜ਼ਮੀਨ ਕੋ ਪਹਿਲੇ ਲਾਉਣਾ, ਕਿਹੜੀ ਜ਼ਮੀਨ ਕੋ ਬਾਅਦ ਵਿੱਚ ਲਾਉਣਾ, ਉਹ ਵੀ ਹੁਣ ਕੋ ਦੱਸਣਾ, ਅਤੇ ਇਹ ਗਾਹ ਜਿਹੜਾ ਇਹ ਇੱਕ ਖੱਤਾ ਲੂਸਣ ਵਾਲਾ ਜਿਹੜਾ ਇਹ ਛੁੜਨਾ, ਪੱਲਾ ਜਿਹੜਾ ਇਹ ਸਹੀ ਕੋਨੀ ਹੈ ਸਮਝੋ, ਬਹੁਤ ਜ਼ਿਆਦਾ ਵਿਰਲਾ ਹੈ, ਇਹ ਕੋਈ ਸਮਝੋ ਖਤਮ ਕਰਨਾ, ਅਤੇ ਪਰਲੇ ਡੂਖਤ ਜਿਹੜੇ ਬਰਸੀ ਨਾਲ ਹਨ ਉਹ ਵੀ ਹੂੰ ਕੋਈ ਹੱਲ ਮਾਰਨਾ ਸਮਝੋ, ਪਾਣੀ ਲਾ ਗਏ ਸੂ ਉਹ ਤੋਂ ਬਾਅਦ ਵਾਲਾ ਵਤਰਮ ਸੇ ਵਾਲਾ ਹੂੰ ਕੋਈ ਬਣਾ ਕੇ ਉਹ ਡੂ ਬਰਸੀ ਖਤ ਜਿਹੜੇ ਨੂੰ ਉੱਥੇ ਹੀ ਕਪਾ ਰਹੇ ਸੂ, ਠੀਕ ਹੈ। ਅਤੇ ਹੁਣ ਮੈਂ ਤੁਹਾਨੂੰ ਜਿਹੜੀ ਗੁੱਲੀਆਂ ਬਣਾਇਆ ਸੀ ਉਹ ਮੈਂ ਤੁਹਾਨੂੰ ਦਿਖਾ ਲਿਆ, ਪਹਿਲੇ ਬੁਲਾ ਮੈਂ ਆਪਣੇ ਕੰਮ ਕਾਰ ਨਿਕਲਦਾ। ਇਹ ਗੁੱਲੀਆਂ ਪੀਆਂ ਰਾਤ ਹਲਾਂ ਦੇ ਚਾਹ ਟਾਈਮ ਜਿਹੜੇ ਚਾਚਾ ਅਬਦੁੱਲਾ ਵਾਣ ਵਾਲੇ ਦਾ ਖੜੇ ਉੱਥੇ ਉਹਨਾਂ ਕੋਲ ਹੈ, ਉਹਨਾਂ ਦਾ ਬਾਜਰਾ ਸਮਝੋ ਵੱਡਾ ਵੱਡਾ ਹੁਣ ਪਹਿਲੇ ਦਾ ਇਰਾਦਾ ਹੋਇਆ ਤਕਰੀਬਨ 1 ਸਾਲ ਉਹਨਾਂ ਦਾ ਕੁੱਥੀ ਨਾ ਪਿਆ, ਅਤੇ ਉੱਥੋਂ ਮੈਂ ਕੱਪ ਟਾਈਮ ਨਾਲ ਮਿਲ ਰਹਾ ਕਿ ਹਨ ਹੁਣ ਕੱਪ ਲਿਆ ਸੀ ਅਤੇ ਹਲਾਂ ਦੇ ਚਾਹ ਤਿਆ ਸੀ ਵਾਲਾ ਬਹੁਤ ਜ਼ਿਆਦਾ ਹੀ, ਨਾਲ ਮਾਲ ਦਾ ਗਾਹ ਵੀ ਬਣ ਗਏ, ਗਾਹ ਸਮਝੋ ਅੱਜ ਸਵੇਰ ਦਾ ਗਾਹ ਹੀ ਬਣ ਗਏ, ਹੁਣ ਟੋਕ 'ਤੇ ਸੱਟੇ ਨਹੀਂ ਪੈਣ, ਅਤੇ ਬਜ਼ਾਰਾਂ ਤੁਹਾਨੂੰ ਦਿਖਾ ਦਿੱਤੇ ਹੁਣ ਮੈਂ ਤਾਜ਼ਾ ਘਰ ਮੈਂ ਨਾ ਪਹਿਲੇ ਆਪਣੀ ਸ਼ਕਲ ਚੇਂਜ ਕਰਨ ਨੂੰ ਨਾਲ ਬੱਚਿਆਂ ਕੋਈ ਛੋਣਿਆ, ਨਾਲ ਡੀਜ਼ਲ ਕਹਿੰਦਾ, ਨਾਲ ਬੀਜ ਵੀ ਕਹਿੰਦਾ, ਬੀਜ ਕਿਆਦਾ ਕਹਿੰਦਾ, ਬੀਜ ਜੇ ਕਹਿੰਦਾ ਆਪਣਾ ਕਿਆ ਨਾ ਇਸ ਬੀਜ ਮੈਂ ਸ਼ਾਇਦ ਕੋਈ ਪਿੱਛੇ ਤੇ ਮੋਟਰਸਾਈਕਲ ਲਾਉਂਦਾ ਵੀ ਬੀਜ ਕਹਿੰਦੇ ਹਾਂ, ਜੰਤਰ ਸਾਵੜੀ ਦਾ ਕਹਿੰਦੇ ਹਾਂ, ਅਤੇ ਜਵਾਰ ਦਾ ਬੀਜ ਅਬੂ ਕਹਿੰਦੇ ਸਹੀ ਜਵਾਰ ਦਾ ਪਤਾ ਨਹੀਂ ਲੱਗਦਾ, ਅਤੇ ਹੁਣ ਮੈਂ ਵਾਪਸੀ 'ਤੇ ਰਵਾਂ ਦਵਾਂ ਕੈਰੀ ਡੱਬੇ 'ਚ ਗਿਆ ਬਾਲਾਂ ਕੋਈ ਛੋੜਾਂ, ਮੈਂ ਬਾਲਾਂ ਦੇ ਸਬੂਤ ਖੋਲ੍ਹ ਕੇ ਨਹੀਂ ਤੂੰ ਬਾਅਦ ਹੁਣ ਨਾਲ ਬਾਲਾਂ ਕੋਈ ਛੋੜਾਂ ਆ, ਅਤੇ ਇਹ ਸਬਜ਼ੀ ਵਗੈਰਾ ਕਹਿੰਦੇ ਹਾਂ, ਪਿੱਛੋਂ ਡੀਜ਼ਲ ਪਿਆ ਹੈ,
ਵੈਲਕਮ ਬੈਕ ਵਲੌਗ ਦਾ ਦੂਜਾ ਡੇਟ ਸ਼ੁਰੂ ਹੈ ਸਮਝੋ ਵਲੌਗ ਦੂਜਾ ਡੇਟ ਸ਼ੁਰੂ ਕਰਨ ਦਾ ਪਿਆ ਕਿਉਂਕਿ ਕੱਲ੍ਹ ਜਿਹੜਾ ਇਹ ਨਾ ਪਾਣੀ ਲੈਂਦੇ ਬਿਲਕੁਲ ਥੱਕ ਗਿਆ ਅਤੇ ਰਾਤ ਨੂੰ ਤਕਰੀਬਨ 12 ਵਜੇ ਵਿਹਲੇ ਥੂ ਪਾਣੀ ਤਾਂ ਸਾ ਸ਼ਾਮ ਨੂੰ 7 ਵਜੇ ਮੁੱਕ ਗਏ ਲੇਕਿਨ ਵਿਹਲੇ ਰਾਤ ਨੂੰ 12 ਵਜੇ ਇਵੇਂ ਥੂ ਵੀ ਬਲਾ ਟੂਲ ਚਲਾਇਆ ਸੀ ਜਿਵੇਂ ਜਿਹੜਾ ਥੋੜ੍ਹਾ ਰੇਜਰ ਆਉਂਦਾ ਪਿਆ ਸੀ ਗਾਲ ਜਿਹੜੇ ਬਰਸੇਨ ਰਾਜੀ ਖੜ੍ਹਿਆ ਸੀ ਉਹਦਾ ਰੇਜਰ ਆਉਂਦਾ ਪਿਆ ਅਤੇ ਇਵੇਂ ਜਦੋਂ ਵਲਾ ਹੋਊਗਾ ਪਾਣੀ ਲਾਉਣੇ ਕਿਉਂਕਿ ਉਹਦਾ ਪੱਤਰ ਅਤੇ ਵਲਾ ਜ਼ਮੀਨ ਬਣਾਉਣੀ ਹੋਤੀ ਇੱਕ ਪਾਰ ਆਉਣੀ ਸਮਝੋ ਵਿਘਾ ਉਹ ਜਾਤੀ ਦੀ ਅਤੇ ਉਹ ਪਾਣੀ ਲਾਤੇ ਸੀ ਰਾਤ 12 ਵਜੇ ਪਾਣੀ ਲਾ ਅਤੇ ਟੂਲ ਤੋਂ ਬੰਦ ਕੀਤੇ ਸੀ ਵਲਾ ਗਿਆ ਮੈਂ ਸੌਮ ਹੁਣ ਸਵੇਰੇ ਉੱਠਿਆ ਪਿਆ ਹੁਣ ਅਲਹਮਦੁਲਿਲਾ ਸਪਰੇ ਥੀਂਦੀ ਪਈ ਹੈ ਜਿਵੇਂ ਤੂੰ ਕੱਲ੍ਹ ਦੱਸਿਆ ਵੀ ਕੱਲ੍ਹ ਸਪਰੇ ਥੀ ਸੀ ਸਪਰੇ ਕੱਲ੍ਹ ਸਮਝੋ ਐਤਵਾਰ ਵਾਲੀ ਕਹਿੰਦੇ ਹਾਂ ਅਸੀਂ ਅਤੇ ਕੱਲ੍ਹ ਜਿਹੜੀਆਂ ਦੂਜੇ ਸਪਰੇ ਦੀਆਂ ਬੋਤਲਾਂ ਜਿਹੜੀਆਂ ਡੂ ਸਪਰੇਆਂ ਮਿਕਸ ਹੁੰਦੀਆਂ ਨਾ ਇੱਕ ਪਤਾ ਨਹੀਂ ਸੀਟਾ ਕਲੋਰੇ ਨਾ ਇੱਕ ਸੀਟਾ ਕਲੋਰੇ ਦੂਜਾ ਪੈਂਡੀ ਹੈ ਪੈਂਡੀ ਡੂ ਸਮਝੋ ਮਿਕਸ ਥੀਂਦੀਆਂ ਵਲਾ ਕਰਦੀਆਂ ਸਪਰੇ ਅਤੇ ਇਹੋ ਹੁਣ ਕਰਦੇ ਪਏ ਸਪਰੇ ਅਤੇ ਅਲਹਮਦੁਲਿਲਾ 4-5 ਏਕੜ ਠੀਕ ਹਨ ਸਪਰੇ ਦੇ ਅਤੇ ਬਾਕੀ ਕਰਦੇ ਪਏ ਹੁਣ ਦੇਖੋ ਕਿਤਨਾ ਕਰਦੇ ਨੇ ਬਕਾਇਆ ਵਾਲਾ ਹੁਣ ਦੋ ਪੀ ਬਹੁਤ ਸਖਤ ਹੈ ਅਗਰ ਜਿਤਨਾ ਹੁਣ ਥੀ ਸਕੇ ਹੁਣ ਕਰੇ ਨੂੰ ਬਾਕੀ ਸ਼ਾਮ ਕੋ ਇਨਸ਼ਾਅੱਲਾ ਬਾਕੀ ਜਿਤਨੇ ਦੂਤਰਾ ਏਕੜ ਰਹਾ ਸੀ ਉਹ ਸ਼ਾਮ ਕੋ ਕਰੇ ਸੂੰ ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਇਹ ਟੈਂਕੀ ਪੀਏ ਇੱਕ ਇਹ ਟੈਂਕੀ ਪੀਏ ਅਤੇ ਡੂ ਬੰਦੇ ਉਹ ਲੱਗੇ ਪੈਣ ਸਪਰੇ ਟੈਂਕੀਆਂ ਉਹ ਖਾਲੀਆਂ ਥੀ ਗਈਆਂ ਅਤੇ ਹੁਣ ਭਰਨ ਆਉਂਦੇ ਪੈਣ ਅਤੇ ਇਹ ਟੈਂਕੀ ਪਤਨੀ ਭਰੀ ਇਹ ਖਾਲੀ ਹੈ ਅਤੇ ਸਪਰੇ ਦੀ ਬੋਤਲ ਜਿਹੜੀ ਹੈ ਪੈਂਡੀ ਜਿਹੜੀ ਹੈ ਉਹ ਇਹ ਪੈਂਡੀ ਇਹ ਅਤੇ ਬਕਾਇਆ ਸੀਟਾ ਕਲੋਰ ਜਿਹੜਾ ਉਹ ਉਹਦੇ ਚਾਹੀਦੇ ਸੀਟਾ ਕਲੋਰ ਹੁਣ ਚਾਹ 'ਤੇ ਜਿਤਨੀਆਂ ਬੋਤਲਾਂ ਐਨ ਲੱਗਦੇ ਉਤਨੀ ਸਪਰੇ ਕਰੇਸਨ ਵਾਲਾ ਅਤੇ ਇਹ ਸਾਡਾ ਰੇਜਕਾ ਥੀ ਗਿਆ ਤਕਰੀਬਨ 11 ਏਕੜ ਰੇਜਕਾ ਥੀ ਗਿਆ ਸਾਬੜਾ ਪਾਣੀ ਦੇ ਨਾਲ ਕਪਾਹ ਸਮਝੋ ਸਾਰੀ ਪਲੀਜ ਗਈ ਸਿਰਫ ਖਾਲੇ ਉਹ ਡੁੱਕ ਤੇਰਾ ਆ ਗਿਆ ਉਹ ਵਾਲਾ ਟੂਵੈਲ ਤੇ ਕੀਤੇ ਸੀ ਅਤੇ ਜ਼ਮੀਨ ਅਲਹਮਦੁਲਿਲਾ ਸਾਰੀ ਤਕਰੀਬਨ ਰਹੀ ਗਈ ਸਿਰਫ 4 ਏਕੜ ਰਹਿੰਦੀ ਵੀ ਹੈ ਉਹ ਵੀ ਅਗਲੇ ਵਾਰ ਤੇ ਇਨਸ਼ਾਅੱਲਾ ਰਹੀ ਰਹਾ ਗਿਨ ਸੂੰ ਵਾਲਾ ਬਿਲਕੁਲ ਵਿਹਲੇ ਬਾਕੀ ਕੋਲ ਇੱਕ ਸੂ ਨਾ ਸ਼ਾਗੇ ਲੈ ਸੂੰ ਇਹ ਵੋ ਫਾਈਨਲੀ ਜਨਾਬ ਸ਼ਾਮ ਦਾ ਟਾਈਮ ਥੀਂਦਾ ਪਏ ਅਤੇ ਮੈਂ ਜਿਹੜਾ ਆਪਣਾ ਜਿਹੜੀ ਮੁਕੰਮਲ ਸਪਰੇ ਕੰਪਲੀਟ ਕਰਵਾ ਗਈ ਜੀ ਅਤੇ ਮੈਂ ਤਕਰੀਬਨ 2 ਵਜੇ ਤੜ ਕੀਤੀ ਅਤੇ ਤਕਰੀਬਨ 3:30 ਵਜੇ ਰਾਤ ਆ ਗਿਆ ਸਪਰੇ ਕਰਨ ਕਿਉਂਕਿ ਬਾਅਦ ਉਹਨਾਂ ਕੋਲ ਸਹੀ ਦਿੱਤੀ ਜਿਹੜੀ ਰਹਿੰਦੀ ਪਈ ਸਪਰੇ ਉਹ ਕੰਪਲੀਟ ਕਰਵਾ ਗਈ ਮਤਲਬ ਹੁਣ ਮੈਂ ਗਿਆ ਪਾਣੀ ਪੀਵਾਂ ਘਰ ਪਾਣੀ ਪੀਤਣ ਅਤੇ ਰਾਕਾਂ ਕੋਲ ਪਾਣੀ ਪੀ ਲੈਣ ਅਤੇ ਨਾਲ ਵਾਲਾ ਮੈਂ ਕਿ ਤੁਹਾਨੂੰ ਦੱਸ ਦਿਓ ਵੀ ਸਪਰੇ ਠੀਕ ਗਈ ਅਲਹਮਦੁਲਿਲਾ ਅਤੇ ਪਿੱਛੋਂ ਜਿਹੜੀ ਇਹ ਜ਼ਮੀਨ ਨਜ਼ਰਦੀ ਪਈ ਹੈ ਅਬੂ ਕੱਲ੍ਹ ਹੱਲ ਵਹਾ ਦਿੱਤੇ ਸਮਝੋ ਸੁਹਾਗਾ ਦੇ ਨਾਲ ਹੱਲ ਠੀਕ ਹਨ ਅਤੇ ਹੁਣ ਇਹਦਾ ਕਿਆ ਨਾ ਇਸ ਲੇਜ਼ਰ ਕਰਾ ਤੀ ਮੈਂ ਲੇਜ਼ਰ ਕਰਾ ਤੋਂ ਬਾਅਦ ਅਸੀਂ ਕੋਹ ਇੱਕ ਵਾਲਾ ਖੁੱਲ੍ਹਾ ਹੱਲ ਲੈਣਾ ਆ ਵਾਲਾ ਸੁਹਾਗੇ ਵਾਲਾ ਹੱਲ ਲਏ ਅਤੇ ਵਾਲੇ ਜ਼ਮੀਨ ਤਿਆਰ ਸੀਗੀ ਅਤੇ ਵੀਘਾ ਜਿਹੜਾ ਉਹ ਘਾਹ ਲਾ ਬਣਾਉਣਾ ਅਤੇ ਬਾਕੀ ਅਲਹਮਦੁਲਿਲਾ ਸਾਰੀ ਜ਼ਮੀਨ ਕੰਪਲੀਟ ਹੈ ਅਤੇ ਪਾਣੀ ਕੋ ਪਤਾ ਨਹੀਂ ਹੋਣਾ ਚੌਥੇ ਡੀਲ ਲਾਉਣਾ ਜਾਂ ਕਿਤਨੇ ਡੀਲ ਲਾਉਣਾ ਹੈ ਕਿਤਨੇ ਡੀ ਬਾਅਦ ਜਾਂ ਵਾਲਾ 8ਵੇਂ ਡੀਲ ਸੂੰ ਕੋਸ਼ਿਸ਼ ਕਰੇ ਸੂੰ ਕਿ ਵੀ ਚੌਥੇ ਜਾਂ 5ਵੇਂ ਡੀਲ ਲਾ ਲਿਓ ਕਿਉਂਕਿ ਜਮਾਤ ਸਹੀ ਥੀ ਵਜੇ ਸਮਝੋ ਬੀਜਾ ਸਹੀ ਥੀ ਵਜੇ ਅਗਰ ਅਬੂ ਆਖਿਆ ਤਾਂ ਵਾਲਾ ਆਪਣਾ ਟੂਵੈਲ ਚੱਲੇ ਸੂੰ ਨਾ ਤਾਂ ਨਾ ਚੱਲੇ ਸੂੰ ਅਤੇ ਇੱਥੇ ਹੀ ਕਰਾਂਦੇ ਅੱਜ ਦੀ ਵੀਡੀਓ ਦਾ ਐਂਡ ਲੱਗਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਕੋ ਲਾਈਕ ਕਰ ਗਈ ਨਾ ਤਾਂ ਮੇਰੇ ਚੈਨਲ ਕੋ ਜ਼ਰੂਰ ਸਬਸਕ੍ਰਾਈਬ ਕਰਿਓ ਇਨਸ਼ਾਅੱਲਾ ਨਵੀਂ ਵੀਡੀਓ ਨਾਲ ਹਾਜ਼ਰ ਸੂੰ ਅਤੇ ਇੱਕ ਵਾਰ ਤੁਹਾਨੂੰ ਖੁਸ਼ਖਬਰੀ ਦੇਵਾਂ ਖੁਸ਼ਖਬਰੀ ਬਲਕਿ ਅਸੀਂ ਅਗਲੀ ਵੀਡੀਓ 'ਚ ਇਨਸ਼ਾਅੱਲਾ ਤੁਹਾਨੂੰ ਦੇਸਾਂ ਅਤੇ ਮੂੰ ਜਲਦੀ ਤੁਹਾਨੂੰ ਦੇਸਾਂ ਬਈ ਮੈਂ ਕੱਢਣ ਤੋਂ ਸੋਚਦਾ ਪਿਆ ਬਈ ਆਪਣੇ ਵਾਸਤੇ ਕੁਛ ਸ਼ਾਇਦ ਗਿਣਾ ਅਤੇ ਉਹ ਕੁਛ ਸ਼ਾਇਦ ਜਿਹੜੀ ਉਹ ਅਗਲੀ ਵੀਡੀਓ 'ਚ ਇਨਸ਼ਾਅੱਲਾ ਤੁਹਾਨੂੰ ਲਿਖਿਆ ਸਾਂ ਬਲਕਿ ਦੱਸਿਆ ਸਾਂ ਵੀ ਸਹੀ ਅਤੇ ਤੁਹਾਨੂੰ ਨਾਲ ਕਹਿੰਦੇ ਵੈਸਾ ਬਈ ਕਿਆ ਗਿਣਨਾ ਹੈ ਮੈਂ ਇਹ ਜਾਂ ਕਿਆ ਸ਼ਾਇਦ ਬਈ ਮੈਂ ਜਿਹੜੀ ਗਿਣਨੀ ਹੈ ਅਤੇ ਹੁਣ ਅੱਜ ਦੀ ਵੀਡੀਓ ਤਾਂ ਕਹਿੰਦੇ ਇੱਥੇ ਐਂਡ ਇਨਸ਼ਾਅੱਲਾ ਤੁਹਾਨੂੰ ਵਲਾਗ ਇਹ ਵੀ ਪਸੰਦ ਆਇਆ ਸੀ ਅਤੇ ਇਨਸ਼ਾਅੱਲਾ ਇਹ ਤੋਂ ਬਾਅਦ ਵਲਾਗ ਜਰਾਵਣਾ ਲਏ ਉਹ ਵੀ ਬਹੁਤ ਜ਼ਿਆਦਾ ਪਸੰਦ ਸੀ ਅਤੇ ਵੀਡੀਓ ਕੋ ਲਾਈਕ ਜ਼ਰੂਰ ਕਰ ਕਿੱਦਾਂ ਕਰੋ ਤਾਂ ਕਿ ਮੇਰੇ ਕੋ ਮੇਰੇ ਐਪਰੀਸ਼ੀਏਟ ਸਮਝੋ ਹੌਸਲਾ ਅਫਜ਼ਾਈ ਥੀ ਬਣੀ ਰਹੇ ਅਤੇ ਇਨਸ਼ਾਅੱਲਾ ਨਵੇਂ ਵਲਾਗ ਨਾਲ ਹਾਜ਼ਰ ਤਬ ਤੱਕ ਲਿਆ ਖੁਦਾ ਹਾਫਿਜ਼।